ਹੈਗੀ ਦੇਸੀ ਇੰਜੀਨੀਅਰਿੰਗ ਜੇ ਲਿਫਟ ਚੱਕਦੀ ਟਰਾਲੀ ਤਾਂ ਵੀ ਉੱਤੇ ਜਾ ਸਕਦੀ ਹੈ ਇਹ ਰੱਸੀ ਬੰਨ ਕੇ ਇੱਕ ਸਪੋਰਟ ਜਾਊਗੀ ਉੱਪਰ ਅੱਧੇ ਕਿੱਦਾਂ ਟਰਾਲੀ ਦੀ ਲਿਫਟ ਨਾ ਵਗ ਜੂ ਉੱਪਰ ਭਾਰੀ ਸੀਗੀ ਅਲਮਾਰੀ ਤਾਂ ਕਰਕੇ ਇਹਨੂੰ ਇੱਦਾਂ ਚੜ੍ਹਨਾ ਪਿਆ ਕਿਉਂਕਿ ਪੌੜੀਆਂ ਚੀਜ਼ ਦਾ ਬਹੁਤ ਔਖਾ ਹੋਣਾ ਪੈਣਾ ਸੀ ਆਹ ਕੁਰਸੀਆਂ ਉਰੇ ਪਹੁੰਚਾਤੀ ਆਪਾਂ ਨੇ ਬੇਬੀ ਬੁਟੀਕ ਜ਼ੋਰ ਲਾ ਆ ਗਈ ਬਈ ਕਿਆ ਬਾਤ ਹੈ ਐਲੀਵੇਟਰ ਦਾ ਕੰਮ ਦੇਦਾ ਟਰਾਲੀ ਨੇ ਵਧਾਈ ਹੋ ਗਈ ਹੁਣ ਚਾਹ ਪਾਣੀ ਲਿਆਓ ਲੱਡੂ ਲੱਡੂ ਬੇਬੀ ਬੁਟੀਕ ਬਾਈ ਜੀ ਵੇਲੀ ਚ सारे बंदे बैठ के नवीं कुर्सियां ते इधरों सफाई का काम चल रहा कितु कौर तुसी भी करो सफाई आ नवा असी सिटिंग एरिया तैयार कर लिया बैठने लई आ देखो भी नवी चीज का चौ है अलमारी भी साफ करती सर तुसी है तेरी दी नेरी नेरी अलमारी साफ करती अलमारी4 बजे मैं 5:30 सलून भी ब्राइडल शूट है माहौल होना चाहिए ना माहौल पीपनी बाजे वाले कहते इंदर पग बना शूट भी करा रहे ने मतलब पूरा ओही माहौल आ मेरा भी उधर मेकअप होंदे शूट होया इंदर नू पग ही वीरे दी सेट आंदी आ कल इन्हां ने अपने आप बन्नी इन्हां नू सैटिस्फैक्शन ही नहीं आ रही सी हुणी गल करके हटे सीगे वी कहंदा वी जदों दा मतलब हां बनाउण लगे ने ना बस इन्हां वीरे ते ही बनाउंदे ने उहनां दी होंदी है चलिए शूट ते चलो भाई ताली मार ताली कहावत मशहूर हुई मासी आड़े गया रेहड़ी देखी रेहड़ी बंदे दी मसी 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 बंदे दी ਕਹਿੰਦਾ ਕਿੰਨੇ ਰੁਪਏ ਕਿਲੋ ਕਹਿੰਦਾ ਕਹਿੰਦਾ 60 ਰੁਪਏ ਦੀ 1 ਕਿਲੋ 60 ਰੁਪਏ ਦੀ 1 ਕਿਲੋ ਕਿਵੇਂ ਮਿਲ ਸਕਦੀ ਆ ਕਹਿੰਦਾ 200 ਦੀ ਮਿਲਦੀ ਆ ਕਹਿੰਦਾ ਨਹੀਂ 660 ਦੀ ਲਈ ਦੀ 6 ਕਿਲੋ ਇੱਕ ਆਪਣੇ ਤੀ ਵੀ ਤਾਂ ਬੋਲਦੇ ਆ ਤੀ ਕੀ ਤੀ ਹਾਂ ਤੀ ਸੀ ਦੀ ਜਗ੍ਹਾ ਤੇ ਤੀ ਵੀ ਬੋਲਦੇ ਆ ਤੀ ਦਾ ਸਰ बहुत सोहने बड़ा कम आवे बाल सौखे सैट आ जाने बच्चे नहीं सैट आने सौखे ये जो साड़ा हम तो पीस देख रहे हैं ये जो वर्क हो है जरी का वर्क हो जरी का वर्क है ठीक है ज्यादा वर्क जरी का तो ना देख के मुछा ना खुल जाए और की हास भी नहीं खाता बाबा ये मुछा कट जाएंगे भाई के सारे काम कर दे यहां ਇਦਾਂ ਆ ਕਿ ਮੈਂ ਕੰਮ ਕਰ ਰਹੀ ਹਾਂ ਕੱਟਾ ਹੋਤਾ ਸਭੀ ਨੂੰ ਦੱਸ ਰਹੇ ਸੀ ਉਹਨੂੰ ਪਤਾ ਨਹੀਂ ਵੀ ਕੱਟੀ ਕੀ ਹੁੰਦੀ ਆ ਇੱਕ ਤਾਂ ਇਹ ਹੁੰਦੀ ਹੈ ਵਾਲੀ ਕੱਟੀ
ਇਹਨਾਂ ਨੂੰ ਇਹ ਵਾਲੀ ਤਾਂ ਪਤੀ ਪਤਾ ਹੋਣੀ ਇਹ ਵਾਲੀ ਤਾਂ ਪਤਾ ਇਹ ਵਾਲੀ ਗੱਡੀ ਪਤਾ ਇੱਕ ਮੱਜ ਕੀ ਬੈਠੀ ਹੁੰਦੀ ਆ ਇੱਥੇ ਖੜਾ ਦਾਂਗੇ ਜਿੱਥੇ ਖੜਾਣਾ ਜੀ ਬਸ ਇਹ ਪੱਗ ਪੱਗ ਲੱਗ ਗਈ ਜਦੋਂ ਜਿੱਥੇ ਕਰਾਉਣਾ ਠੀਕ ਬਸ ਠੀਕ ਹੋਰੀ ਜੜ ਇਹ ਚੋੜਾ ਬਹੁਤ ਸੋਹਣਾ ਦੇਖ ਹਾਂ ਇਹ ਬਹੁਤ ਪ੍ਰੀਟੀ ਹੈ ਬਹੁਤ ਪ੍ਰੀਟੀ ਆ ਡਿਫਰੈਂਟ ਹੈ ਨਾ ਮੇਰੀ ਐਦਾਂ ਦੀ ਲੁੱਕ ਹੋਈ ਨਹੀਂ ਨਾ ਓਪਨ ਹੇਅਰ ਚ ਬ੍ਰਾਈਡਲ ਤਾਂ ਡਿਫਰੈਂਟ ਕਨਸੈਪਟ ਹੋ ਗਿਆ ਮੈਨੂੰ ਬਹੁਤ ਸੋਹਣੀ ਲੱਗੀ ਲੁੱਕ ਹੈ ਨਾ ਸਾਰਿਆਂ ਨੂੰ ਲੁੱਕ ਬਹੁਤ ਪਸੰਦ ਆ ਰਹੀ ਹੈ ਮੋਹਾਲੀ ਦੇ ਵਿੱਚ ਸੈਕਟਰ 68 ਦੇ ਵਿੱਚ ਇਹਨਾਂ ਦਾ ਸਟੋਰ ਹੈ ਐਂਡ ਬਹੁਤ ਸੋਹਣਾ ਸਟੋਰ ਹੈ ਮਤਲਬ ਇਹਨਾਂ ਦੇ ਕਾਫੀ ਸੈਕਸ਼ਨਸ ਨੇ ਮੈਨਸ ਵੇਅਰ ਮਿਲਦਾ ਇਹਨਾਂ ਕੋਲ ਫੈਬਰਿਕਸ ਵੀ ਮਿਲਦੇ ਨੇ ਵਿਮਨ ਵੀ ਮਿਲਦਾ ਸਾਰਾ ਕੁਛ ਪਾਰਟੀ ਵੇਅਰ ਬ੍ਰਾਈਡਲ ਵੇਅਰ ਐਵਰੀਥਿੰਗ ਹੈ ਨਾ ਸਾਰਾ ਕੁਛ ਇਹਨਾਂ ਕੋਲ ਹੈਗਾ ਆ ਸਾਡੇ ਜਿਹੜੇ ਆਊਟਫਿਟਸ ਨੇ ਇਹ ਇਨਾਇਸ਼ਾ ਤੋਂ ਹੀ ਨੇ ਸੁਣ ਸੁਣਾ ਖਾਣੀ ਆ ਚੂਰੀ ਤੇ ਪੀਣੀ ਆ ਚਾਹ ਚੂਰੀ ਐ ਨਾ ਕਰੋ ਐ ਨਾ ਕਰੋ ਆਪਦਾ ਖਾ ਰਹੇ ਨੇ ਚੂਰੀ ਹਨਾ ਤੇ ਜਿਹੜਾ ਸਾਨੂੰ ਕਿਸੇ ਨੇ ਪੁੱਛਿਆ ਨਹੀਂ ਹੈਗਾ ਅਸੀਂ ਭੁੱਖੇ ਹਾਂ ਉਦੋਂ ਦੇ ਸਾਨੂੰ ਪੁੱਛਿਆ ਕਿਸੇ ਨੇ ਖਾ ਲਾ ਖਾ ਲਾ ਰੁਕ ਜਾ ਹਜੇ ਚਾਹੀਦੀ ਆ ਕਹਿੰਦੇ ਹਲਕਿਆਂ ਦੇ ਘਰੇ ਕੁਛ ਨਹੀਂ ਰਹਿੰਦਾ ਹਜੇ ਵੀ ਆ ਜਾ ਮੈਂ ਤਾਂ ਇੰਦਰ ਨੂੰ ਖਵਾਵਾਂ ਮੇਰਾ ਭਾਈ ਮੇਰਾ ਭਾਈ ਬਹੁਤ ਟਾਈਮ ਦਾ ਭੁੱਖਾ ਖਾਲਾ ਇਹ ਮੈਨੂੰ ਖਵਾਊਗਾ ਦੇਖ ਹੀ ਰਹੇ ਤੁਸੀਂ ਜਿਹੜਾ ਸਾਡੇ ਨਾਲ ਧੱਕਾ ਹੋ ਰਿਹਾ ਆਪ ਤਾਂ ਖੜੇ ਚਾਹ ਪੀ ਰਹੇ ਨੇ ਉਸੇ ਰੋਡ ਦੇ ਉੱਤੇ ਆ ਜਿਹੜੀ ਸਟੋਰ ਦੀ ਐਂਟਰੀ ਆ ਉਹ ਤੁਹਾਨੂੰ ਮੈਕਡੋਨਲਡ ਸਾਈਡ ਆਉਣਾ ਪਊਗਾ ਤੇ ਇੱਧਰ ਮਾਰਕੀਟ ਚ ਐਂਟਰ ਕਰਕੇ ਤੁਸੀਂ ਪਿੱਛੇ ਇੱਧਰ ਆ ਸਕਦੇ ਹੋ ਸਟੋਰ ਦੇ ਵਿੱਚ ਜਾਂ ਫਿਰ ਤੁਸੀਂ ਰੋਡ ਦੇ ਉੱਤੋਂ ਹੀ ਲੈਫਟ ਸਾਈਡ ਪਾਰਕਿੰਗ ਦੇ ਵਿੱਚ ਵੀ ਐਂਟਰ ਕਰ ਸਕਦੇ ਹੋ ਮੇਰੇ ਸਾਥੀਓ ਵੋਟ ਇਸ ਬਾਰ ਇੰਦਰ ਔਰ ਕੀਰਤ ਕੋ ਹੀ ਦੇ ਇਨਕਲਾਬ ਹਮ ਆਪਕੋ ਕਿਆ ਦੇਂਗੇ ਵਾਦਾ ਕਰਤੇ ਹਾਂ ਅਸੀਂ ਤੁਹਾਨੂੰ 600 ਯੂਨਿਟਾਂ ਫ੍ਰੀ ਦੇਵਾਂਗੇ 600 ਤਾਂ ਪਹਿਲੇ ਹੀ ਨੇ 800 ਕਰੋ 800 ਦੇਵਾਂਗੇ 1000 ਕਰਨੀਆਂ ਨੇ ਤੇ ਯੋਗਾ ਬਹੁਤ ਜ਼ਿਆਦਾ ਹੀ ਘੈਂਟ ਹੈ ਵੀਰੇ ਇੱਕ ਮਿੰਟ ਉਹ ਬਾਏ 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 ਪਹੁੰਚ ਗਏ ਫਿਰ ਸ਼ੰਭੂ ਬਾਰਡਰ ਤੇ ਕੋਈ ਗੱਲ ਨੀ ਆਪਾਂ ਚੱਲਦੇ ਆ ਦੇਖਦੇ ਆ ਉੱਥੇ ਕੋਈ ਕਮੀ ਪੇਸ਼ੀ ਹੋਈ ਫਿਰ ਉਹ ਸਮਾਨ ਲਿਆਵਾਂਗੇ ਆਪਾਂ ਬਿਲਕੁਲ ਰੌਂਗ ਸਾਈਡ ਪਾ ਕੇ ਸਟੇਜ ਵੱਲ ਲੈ ਚੱਲੇ ਆ ਗੱਡੀ 7-8 ਕਿਲੋਮੀਟਰ ਤੋਂ ਜ਼ਿਆਦਾ ਹੋਊਗਾ ਇੱਕ ਈਗੋ ਦਾ ਸਵਾਲ ਵੀ ਆ ਤੇ ਉੱਤੋਂ ਰੋਜੀ ਰੋਟੀ ਦਾ ਸਵਾਲ ਵੀ ਆ ਤੇ ਜਦੋਂ ਬੰਦੇ ਨੇ ਕਿਸੇ ਨੇ ਘਰ ਨੂੰ ਆ ਕੇ ਹੱਥ ਪਾ ਲਿਆ ਤਾਂ ਫਿਰ ਤਾਂ ਅਗਲਾ ਕਿੱਥੇ ਬਾਕੀ ਫੜਨਾ ਤਾਂ ਪੈਣਾ ਹੀ ਸੀ ਗੁਰੂ ਕੀਆਂ ਲਾਡਲੀਆਂ ਫੌਜਾਂ ਵੀ ਪਹੁੰਚ ਗਈਆਂ ਜੀ ਕੰਮ ਪੂਰਾ ਜ਼ੋਰਾਂ ਤੇ ਇੱਧਰ ਲੰਗਰ ਚੱਲ ਰਹੇ ਨੇ ਇੱਧਰ ਲੰਗਰਾਂ ਦੀ ਕੋਈ ਕਮੀ ਨਹੀਂ ਚੜ੍ਹਦੀ ਕਲਾ ਚ ਨੇ ਹਜੇ ਗੱਲਬਾਤ ਚੱਲ ਰਹੀ ਹੈ ਕਹਿੰਦੇ ਨਾ 2 ਦਿਨ ਲਏ ਨੇ ਗਵਰਨਮੈਂਟ ਨੇ ਮੀਟਿੰਗਾਂ ਚੱਲ ਰਹੀਆਂ ਨੇ ਵਰਤ ਰਹੇ ਨੇ ਇੱਧਰ ਗੁਰੂ ਕੇ ਜੀ ਚੜ੍ਹਦੀ ਕਲਾ ਜੀ ਦੁੱਧ ਲੈ ਕੇ ਦੁੱਧ ਬੇਬੀ ਡੱਡੀ ਖੜੀ ਹੈ ਸਿੰਘਣੀ ਪੂਰੀ ਮਾਤਾਵਾਂ ਵੀ ਆ ਗਈਆਂ ਪ੍ਰਸ਼ਾਦਾ ਪਾਣੀ ਪਕਾਉਣ ਲਈ
ਪੂਰਾ ਹੌਸਲਾ ਇਹਨਾਂ ਦਾ ਨਾਲ ਪਰਿਵਾਰ ਹੀ ਬਣਾ ਲਈ ਜੀ ਉਰੇ ਗੱਲ ਮੁਕਾਓ ਸਾਰੀਆਂ ਫੌਜਾਂ ਚੜ੍ਹਦੀ ਕਲਾ 'ਚ ਬਸ ਦੋ ਦਿਨ ਹਜੇ ਸ਼ਾਂਤ ਨੇ ਯੋਧੇ ਉਦੋਂ ਬਾਅਦ ਦੇਖੋ ਕੀ ਬਣਦਾ ਉੱਧਰੋਂ ਵੀ ਖੈਰ ਅਥਰੂ ਗੈਸ ਵਗੈਰਾ ਅੱਜ ਤਾਂ ਨਹੀਂ ਆ ਰਹੇ ਕਿਉਂਕਿ ਮੀਟਿੰਗਾਂ ਚੱਲ ਰਹੀਆਂ ਨੇ ਸਾਡੇ ਸਿੰਘ ਜੇਲਾ ਵਿੱਚ ਬੰਦੀ ਨੀ ਅੱਜ ਲਿਖਣ ਲਗਾਏ ਭੰਗੂ ਸੱਚ ਤੇਰੇ ਖੋਲਣੇ ਭੇਦ ਮੈਂ ਸਾਰੇ ਨੀ ਉਹ ਬਸ ਏਸੇ ਕਰਕੇ ਤੇਰੇ ਨਾਲ ਸਾਡੀ ਬਣਦੀ ਨੀ ਸਰਕਾਰੇ ਨੀ ਆ ਬਾਈ ਜੀ ਨੇ ਲਾਇਆ ਸੀਗਾ ਡੀਜੇ ਆਪਣੇ ਵਿਆਹ ਤੇ ਯਾਦ ਆ ਗਿਆ ਨਾ ਹਾਂਜੀ ਹਾਂਜੀ ਹੋਰ ਕੈਮ ਸਿਗਰਸ ਜੀ ਉਹਦੇ ਪੂਰੇ ਕੈਮ ਵੀਰ ਨੇ ਸਕਿਉਰਿਟੀ ਵਾਲੇ ਫੌਜੀ ਕਹਿ ਸਕਦੇ ਆਪਾਂ ਜਾਂ ਦਸਤੇ ਕਹਿ ਸਕਦੇ ਹਾਂ ਸਕਿਉਰਿਟੀ ਦਸਤੇ ਉਹ ਵੀ ਲੰਗਰ ਛੱਕ ਰਹੇ ਆ ਸਟੇਟ ਗੱਡੀਆਂ ਬਣਾਈਆਂ ਹੋਈਆਂ ਜੀ ਫ੍ਰੀ ਸੇਵਾ ਲਈ ਦਵਾਈਆਂ ਬੂਟੀਆਂ ਮੱਲਮ ਪੱਟੀਆਂ ਸਕਿਉਰਿਟੀ ਲਈ ਬੰਦੋਬਸਤ ਕਰੇ ਹੋਏ ਨੇ ਟਰੈਕਟਰਾਂ ਦੇ ਜੀ ਪੂਰਾ ਗੰਨਾ ਵੀ ਬਾਈ ਹੋਣੀ ਉਰੀ ਲਿਆਇਆ ਆਪਦਾ ਰਾਸ ਖਿਲਾੜੀ ਚੱਲ ਰਹੀ ਹੈ ਨਾਲ ਧੂੰਆਂ ਧਾਂ ਭਜਾਉਣ ਲਈ ਤਿਆਰ ਆ ਸਾਰਾ ਕੁਛ ਸਾਹਮਣੇ ਆ ਜਿਹੜੀ ਲੱਗੀ ਹੋਈ ਆ ਕਿੱਲਾਂ ਕੁੱਲਾਂ ਲਾਈਆਂ ਹੋਈਆਂ ਬੈਰੀਕੇਡ ਲੱਗੇ ਹੋਏ ਆ ਬਾਪੂ ਬਲਕੌਰ ਸਿੰਘ ਜੀ ਨਾਲ ਜਿਹੜੀ ਮੀਡੀਆ 'ਤੇ ਗੱਲਬਾਤ ਚੱਲ ਰਹੀ ਹੈ ਉਹ ਬੋਰੀਆਂ ਨੇ ਜਿਨ੍ਹਾਂ ਨਾਲ ਅਥਰੂ ਗੈਸ ਵਾਲੇ ਗੋਲੇ ਬੰਦ ਕੀਤੇ ਸੀਗੇ ਅੱਜ ਜਿਹੜੀ ਹਾਜ਼ਰੀ ਆ ਆਪਾਂ ਲਵਾਈ ਆ ਬੈਰੀਅਰ ਤੇ ਕਿਸਾਨ ਵੀਰ ਜਿਹੜੇ ਆਰਾਮ ਕਰ ਰਹੇ ਆ ਬਾਬਾ ਜੀ ਨੇ ਮੇਰੇ ਪਿੰਡੋ ਜੀ ਮੋਰੀ ਨੇ ਕਿਸਾਨ ਯੂਨੀਅਨ ਦੇ ਸਾਡੇ ਤੇ ਇਹਨਾਂ ਦੀ ਇਹੀ ਦਿੱਲੀ ਤੋਂ ਜਿੱਤ ਕੇ ਲਏ ਸੀ ਹੁਣ ਫੇਰ ਦਿੱਲੀ ਤੋਂ ਬਹਿ ਬਹਿ ਕਰਾਉਣ ਜਾਣਗੇ ਹਜੇ 20 ਤੱਕ ਕੋਈ ਛੇੜਖਾਨੀ ਨੀ ਬਾਬਾ ਜੀ ਹਜੇ ਤਾਂ ਮੀਟਿੰਗਾਂ ਚੱਲ ਰਹੀਆਂ ਨੇ ਕਹਿੰਦੇ ਕੋਈ ਗੱਲ ਨੀ ਮੀਟਿੰਗਾਂ ਕਰਨ ਦੋ ਭਜਾ ਕੇ ਭੱਜਾਂਗੇ ਵੀ ਹਜੇ ਅੱਜ ਤਾਂ ਸ਼ਾਂਤਮਈ ਹੈ ਨਾ ਬਾਰਡਰ ਤੱਕ ਕੋਈ ਸੇਵਾ ਦੀ ਲੋੜ ਹੋਈ ਬਾਬਾ ਜੀ ਦੱਸਿਓ ਕੋਈ ਨੀ ਲੋੜ ਹੋਊਗੀ ਦੱਸਾਂਗੇ ਹਲੇ ਐਨ ਹੈਗਾ ਸਭ ਕੁਛ ਰਾਸ਼ਨ ਪਾਣੀ ਠੀਕ ਹੈ ਜੀ ਸਰਕਾਰ ਨੂੰ ਦੇਖਦੇ ਵੀ ਕੀ ਕਹਿੰਦੀ ਆ ਸਰਕਾਰ ਹਲੇ ਤਾਂ ਢੱਡੇ ਬਾਣੇ ਕਰ ਰਹੀ ਹੈ ਕਦੇ ਕਹਿੰਦੇ ਨੇ 5 ਸਾਲ ਲਈ ਲੈ ਲੋ ਕਦੇ ਕਹਿੰਦੇ ਨੇ 5 ਚੀਜ਼ਾਂ ਤੇ ਲੈ ਲੋ ਇਹਨਾਂ ਨੇ ਆਪਣਾ ਇਹ 65 ਦੇ ਵਿੱਚ MSP ਦਿੱਤੀ ਹੈ 23 ਚੀਜ਼ਾਂ ਤੇ MSP ਦੇ ਇਹਨਾਂ ਨੇ ਐਲਾਨ ਕੀਤਾ ਸੀਗਾ ਦੇ ਰਹੇ ਨੇ ਇਹ 2 ਚੀਜ਼ਾਂ ਤੇ ਆਪਾਂ ਕਹਿੰਦੇ ਵੀ ਸਾਨੂੰ 23 ਚੀਜ਼ਾਂ ਦੇ ਵੀ 1-2 ਚ ਦੇ ਰਹੇ ਨੇ ਜੀ ਗੱਲ ਤਾਂ ਬਾਕੀ ਤਾਂ ਇੰਡੀਆ ਚ ਵੀ ਸਾਨੂੰ 23 ਚੀਜ਼ਾਂ ਤੇ MSP ਤੇ ਉਹ ਕਿਤਾ ਬਾਬਾ ਜੀ ਜੇ ਨਾ ਚੰਗੀ ਤਰੀਕੇ ਨਾਲ ਐਕਸਪੋਰਟ ਖੋਲ ਦੇਣ ਵਧੀਆ ਤਰੀਕੇ ਨਾਲ ਅਨਾਜ ਤਾਂ ਤੁਸੀਂ ਦੇਖਿਓ ਅਨਾਜ ਦੀ ਕਿੰਨੀ ਕਦਰ ਹੁੰਦੀ ਬਾਕੀ ਜੇ ਅਸੀਂ ਕਹਿੰਦੇ ਆ ਵੀ ਕੋਈ ਕਿਸਾਨ ਹੈ ਮਜ਼ਦੂਰ ਹੈ ਕੋਈ ਵੀ ਹੈ ਉਹਦੀ ਜਦੋਂ ਪੈਨਸ਼ਨ ਬਣਦੀ ਆ ਜਿਵੇਂ ਸਰਕਾਰੀ ਮੁਲਾਜ਼ਮਾਂ ਦੀ ਹੁੰਦੀ ਆ 58 ਸਾਲ ਤੇ ਉਹਨਾਂ ਦੀ 10,000 ਇਹ ਤਾਂ ਬਾਬਾ ਜੀ ਗੱਲ ਇਹ ਆਪਾਂ ਤਾਂ ਧਰਨਾ ਲਾਉਣ ਜਾ ਰਹੇ ਸੀ ਇਹ ਤਾਂ ਇੱਕ ਹੱਕ ਆ ਨਾ ਹਰ ਇੱਕ ਬੰਦੇ ਦਾ ਧਰਨਾ ਲਾਉਣਾ ਜਮਹੂਰੀਅਤ ਦਾ ਹੱਕ ਫਿਰ ਕਾਹਦਾ ਰਹਿ ਗਿਆ ਜਦੋਂ ਸਾਨੂੰ ਰੋਕ ਲਿਆ ਉਰੇ ਬੈਠ ਜਾਓ ਦੇਖੋ ਜੀ ਸੱਦੀਆਂ LRR ਦੀਆਂ ਜਿਹੜੀਆਂ ਵੱਡੀ ਗੰਨ ਹੈ ਇਹ ਐਡੀਆਂ ਐਡੀਆਂ ਗੋਲੀਆਂ ਵੱਡੀਆਂ ਅਸੀਂ ਤਾਂਬੇ ਦੀਆਂ ਚੱਕ ਕੇ ਲਏ ਉਹਨਾਂ ਦਾ ਖੋਖੇ ਉਹ ਸਾਡੇ ਤੇ ਫੈਂਕੇ ਜਾ ਰਹੇ ਨੇ ਜੋ ਇਹ ਬਾਰਡਰ ਤੇ ਫੌਂਕਦੇ ਆ ਪਾਕਿਸਤਾਨ ਜਾਂ ਚੀਨ ਜਾਂ ਕਿਸੇ ਵੀ ਬਾਰਡਰ ਤੇ ਜਦੋਂ ਲੜਾਈ ਲੱਗਦੀ ਹੈ ਇਹ ਉੱਥੇ ਚਲਾਏ ਜਾਂਦੇ ਆ ਜਿਹੜੇ ਇਹ ਗੈਸ ਬੰਬ ਚਲਾ ਰਹੇ ਇਹਨਾਂ ਦੇ ਵਿੱਚ ਵੀ ਇਹਨਾਂ ਦਾ ਬਰੂਦ ਕਤਰੇ ਪਾਏ ਹੋਏ ਆ ਉਹ ਵੀ ਇਹਦੇ ਚ ਕੈਮੀਕਲ ਇਹੋ ਜਿਹਾ ਪਾਇਆ ਹੋਇਆ ਮਿਰਚਾਂ ਵਾਂਗੂ ਲੜਦਾ ਹੈ ਇਹ ਕਿਸਾਨਾਂ ਦੇ ਇਹਨਾਂ ਨੂੰ ਚਲਾਉਣ ਦਾ ਆਰਡਰ ਨਹੀਂ ਪਰ ਇਹ ਵੀ ਉਹ ਵੀ ਚਲਾਈ ਜਾ ਰਹੇ ਨੇ ਫਿਰ ਇੱਕ ਪਾਸੇ ਕਹਿੰਦੇ ਨੇ ਵੀ ਅਸੀਂ ਆਪਣੇ ਆ ਇੱਕ ਪਾਸੇ ਕਹਿੰਦੇ ਨੇ ਜੈ ਜਵਾਨ ਜੈ ਕਿਸਾਨ ਹਾਂ ਥੋੜਾ ਜੈ ਜਵਾਨ ਜੈ ਕਿਸਾਨ ਤਾਂ ਛੱਡ ਲਿਆ ਇਹਨਾਂ ਨੇ ਜਿਹੜੇ ਸਾਡੇ ਨਾਲ ਮਿਲਦੇ ਜੁਲਦੇ ਹਿੰਦੂ ਹੈ ਸਾਡਾ ਨੌਵਾਂ ਦਾ ਰਿਸ਼ਤਾ ਹੈ ਉਹਨਾਂ ਨੂੰ ਕਿਹੜਾ ਇਹ ਬਖਸ਼ਦੇ ਹੈ ਸਾਡੇ ਵਾਲਾ ਸ਼ੂਟ ਬਹੁਤ ਵਧੀਆ ਹੋ ਗਿਆ ਪਸੰਦ ਆਇਆ ਆਪਾਂ ਨੂੰ ਡਰੈਸ ਵੀ ਤਾਂ ਦੇਖੋ ਤੁਸੀਂ ਹਾਂ ਤਾਂ ਲੋਕ ਕਹੋਗੇ ਪੂਰੀ ਪੂਰੀ ਥੋੜੀ ਬਣਦਾ ਵੈਲੰਟਾਈਨ ਡੇ ਵਾਲੇ ਦਿਨ ਨਹੀਂ ਬਣੀ ਸੀ ਲੁਕਸ ਕ੍ਰੀਏਟਿਡ ਬਾਈ ਮੈਟ੍ਰਿਕਸ ਲੂਨ ਅਸੀਂ ਨੇ ਰਿਕਾਰਡ ਕੈਮ ਕਰ ਦਿੱਤਾ ਜੀ ਤੇ ਹਜੇ ਮੁੰਡੇ ਤਿਆਰ ਹੋ ਰਹੇ ਨੇ ਤੇ ਅਸੀਂ ਨੇ
ਤੇ ਕੁੜੀ ਮੁੰਡੇ ਨਾਲ ਪਹਿਲਾਂ ਤਿਆਰ ਹੋ ਚੁੱਕੀ ਹੈ। ਵਾਹ ਕਾਫੀ ਇੰਜੋਏ ਕਰ ਰਹੀ ਹੈ ਨਾਲ ਮੱਸੀ ਹੋ ਜੇ ਨਹੀਂ ਮੈਂ ਵੈਜੀਟੇਰੀਅਨ ਹਾਂ ਪਹਿਲਾਂ ਵੈਜੀਟੇਰੀਅਨ ਕੀ ਕਰਤਾ ਮੈਂ ਭੱਜਣ ਲੱਗੀ ਸੀ ਵੀ ਮੈਂ ਰੈਡੀ ਹਾਂ ਮੇਰੇ ਅੱਡ ਪਾ ਦੇ ਰਿੰਗ ਇਹ ਸਾਡੀ ਫਾਈਨਲ ਲੁੱਕ ਸੈਕਿੰਡ ਲੁੱਕ ਹੈ ਸਾਡੀ ਤੇ ਮੈਨੂੰ ਬਹੁਤ ਜ਼ਿਆਦਾ ਪਿਆਰੀ ਲੱਗੀ ਸੀ ਬਲਿੰਗ ਬਲਿੰਗ ਜੀ ਬਹੁਤ ਸੋਹਣਾ ਦੋਨੋਂ ਲੁੱਕ ਬਹੁਤ ਸੋਹਣੀਆਂ ਸੀ ਲਾਈਟ ਲੈ ਕੇ ਦੂਜੀ ਸਟੈਂਡ ਲਾਈਟ ਟਿੱਕਾ ਹੀ ਲਾਤਾ ਪੱਗ ਤੇ ਆਪਣਾ ਘਰ ਦੇ ਬੰਦਾ ਇਹਨਾਂ ਦਾ ਇੰਸਟਾਗ੍ਰਾਮ ਵੀ ਆਪਾਂ ਟੈਗ ਕਰਾਂਗੇ ਜੇ ਕਿਸੇ ਨੇ ਪੱਗ ਬਣਾਉਣੀ ਹੋਵੇ ਤਾਂ ਜ਼ਰੂਰ ਦੱਸਿਓ ਤੇ ਅੰਕੁਸ਼ ਥੈਂਕ ਯੂ ਐਂਡ ਸਾਡੀਆਂ ਭੈਣਾਂ ਇੱਧਰ ਬੀਬੀਆਂ ਤੇ ਵੀ ਕੈਮਰਾ ਘੁਮਾਇਆ ਜਾਵੇ ਜੋ ਕਿ ਪੇਸ਼ੈਂਟਲੀ ਮਤਲਬ ਇਹਨਾਂ ਨੇ ਬਹੁਤ ਪੇਸ਼ੈਂਟ ਦਿਖਾਇਆ ਸਾਰਿਆਂ ਨੇ ਬਹੁਤ ਸਪੋਰਟ ਕੀਤੀ ਹੈ ਹਾਂ ਬਹੁਤ ਸਾਰੇ ਸਾਰੇ ਸਟਾਫ ਨੇ ਉਹਦੇ ਬਹੁਤ ਹੈਲਪ ਕੀਤੀ ਹੈ ਨਾਇਸ਼ਾ ਦੇ ਸਟਾਫ ਨੇ ਬਹੁਤ ਸਵੀਟ ਨੇ ਸਾਰੇ ਐਂਡ ਬਹੁਤ ਅੱਛਾ ਲੱਗਿਆ ਤਾੜੀਆਂ ਮੱਸੀ ਖਾ ਲਓ ਪੈਕ ਅਪ